ਨਹਿਰ ਨਾਲ ਲੱਗਦੇ ਸੀ ਮਾਂ ਦੀ ਦਾਲ ਪਾਉਂਦੇ ਉਹਦੇ ਵਿੱਚ ਮੈਂ ਦੇਖੇ ਕਈ ਪ੍ਰੋਫੈਸਰ ਮਾਂ ਦੀ ਦਾਲ ਉਹਦੇ ਸਿੱਟਦੇ ਨੇ ਨਹਿਰ ਦੇ ਵਿੱਚ ਕਈ ਪ੍ਰੋਫੈਸਰਾਂ ਨੂੰ ਮੈਂ ਦੇਖਿਆ ਪਰ ਕਹਿੰਦੇ ਜੇ ਪੁੱਛੀਏ ਕਿੰਨੇ ਗਏ ਸਾਨੂੰ ਕਿਸੇ ਫਲਾਣੇ ਪੰਡਿਤ ਨੇ ਕਿਹਾ ਦੇਵੇ ਤੁਹਾਡੇ ਕਾਰਜ ਖੁਸ਼ੀ ਰਵੇ ਜਿਹਦੇ ਇਹਦੇ ਨਾਲ ਕੋਈ ਸੰਬੰਧ ਨਹੀਂ ਕੋਈ ਇੱਕ ਦਿਨ ਇਹ ਦਲੀਲ ਮੈਨੂੰ ਦਿੱਤੀ ਸੀ ਚਲੋ ਜਿਹੜੇ ਪੰਜ ਚਿਹਰੇ ਉਹਨੇ ਜੀਵ ਨੇ ਉਹ ਖਾ ਲੈਣਗੇ ਤੇ ਉਹਨਾਂ ਦਾ ਪਤਾ ਹੋਵੇਗਾ ਉਹਦਾ ਜੀਵ ਮਾਂ ਦੀ ਦਾਲ ਖਾਂਦਾ ਹੀ ਤੇ ਚੁੱਟੇ ਜਿਹੜੀ ਚੀਜ਼ ਖਾਣ ਵਾਲੀ ਮੈਂ ਦੇਣੀ ਨਹੀਂ ਅਸੀਂ ਉਹਨਾਂ ਅਸੀਂ ਜ਼ਬਰਦਸਤੀ ਕਹਿੰਦੇ ਖਾਓ ਮਾਂ ਆਪਾਂ ਇੰਨੇ ਹਿਊਮਨ ਬੀਂਗ ਆ ਜੇ ਰੋਜ਼ ਮਾਂ ਦੀ ਦਾਲ ਖਾਈਏ ਅਸੀਂ ਵੀ ਬਿਮਾਰ ਹੋ ਜਾਈਏ ਅਸੀਂ ਸਗੋਂ ਉਹਨਾਂ ਨੂੰ ਬਿਮਾਰ ਕਰ ਰਹੇ ਤੋ ਪਹਿਲਾਂ ਮੈਂ ਜਦੋਂ ਨੌਵੀਂ ਪੜ੍ਹਦਾ ਸੀ ਇੱਕ ਕੋਟੇਸ਼ਨ ਸੀਗੀ ਪੁਰਾਣੇ ਜ਼ਮਾਨੇ ਦੀ ਜਦੋਂ ਆਵਾਜਾਈ ਦੇ ਸਾਧਨ ਨਹੀਂ ਸਨ ਲੜਕੀਆਂ ਦਾ ਵਿਆਹ ਦਰਿਆ ਤੋਂ ਪਾਰ ਨਹੀਂ ਸਨ ਕਰਦੇ ਉਹਦੀ ਧੀਏ ਨਾ ਜਾਈ ਦਰਿਆਓਂ ਪਾਰ ਨਾ ਜਿਉਂਦਿਆਂ ਦੀ ਖਬਰ ਨਾ ਮੋਇਆਂ ਦੀ ਸਹਾਰਾ ਜਦੋਂ 1957 ਵਿੱਚ ਫਿਰ ਰਸ਼ੀਆ ਨੇ ਸਪੇਸ ਦੇ ਵਿੱਚ ਉੱਪਰ ਲਾਈਕਾ ਨਾਮ ਦੀ ਇੱਕ ਕੁੱਤੀ ਭੇਜੀ ਸੀ ਵਿੱਚ ਭੇਜੀ ਸੀ ਤਾਂ ਉਦੋਂ ਮੁਹਾਵਰਾ ਬਦਲ ਗਿਆ ਉਹ ਫਿਰ ਬਦਲ ਗਿਆ ਜਿੱਥੇ ਬੰਦੇ ਵੀ ਕਦੇ ਵੀ ਪਹੁੰਚ ਨਹੀਂ ਸੀ ਕੁੱਤੀ ਰੂਸ ਜਿੱਥੇ ਅੱਜ ਪਹੁੰਚਦੀ ਤਰੱਕੀ ਹੋ ਗਈ ਨਾ ਹੁਣ ਵੇਖੋ ਆਪਾਂ ਘਰ ਬੈਠੇ ਸਾਰਾ ਕੁਝ ਇੱਥੇ ਸਾਨੂੰ ਸਭ ਕੁਝ ਮਿਲ ਰਿਹਾ ਅਮੈਰੀਕਾ 'ਚ ਮੈਚ ਹੋ ਰਿਹਾ ਸੀ ਇੱਥੇ ਦੇਖ ਰਹੇ ਰਸ਼ੀਆ 'ਚ ਕੁਝ ਹੋ ਰਿਹਾ ਸੀ ਉਸੇ ਵੇਲੇ ਸਾਹਮਣੇ ਹੁਣ ਤਾਂ ਟੀ ਵੀ ਪਹਿਣ ਦੀ ਲੋੜ ਨਹੀਂ ਹੁਣ ਜੇ ਵਿੱਚ ਤੁਹਾਡੀ ਸਾਰੀ ਦੁਨੀਆ ਹੈ ਜੋ ਮਰਜ਼ੀ ਵੇਖੀ ਜਾਈ ਕੋਈ ਸਮਾਂ ਸੀ ਜਦੋਂ ਗਲੀਲੀਓ ਨੇ ਇਹ ਗੱਲ ਕਹੀ ਸੀ ਕਿ ਵੀ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਉੱਥੋਂ ਦੇ ਜਿਹੜੇ ਪੁਜਾਰੀ ਸਨ ਧਾਰਮਿਕ ਪੁਜਾਰੀ ਉਹਨਾਂ ਨੇ ਉਹਨੂੰ ਕੈਦ ਕਰ ਦਿੱਤਾ ਇਹ ਤਾਂ ਬਾਈਬਲ ਨੂੰ ਉਲਟ ਗੱਲ ਕਰ ਰਹੀ ਹੈ ਅਤੇ ਹੁਣ ਦੇਖੋ ਸਾਰੀ ਦੁਨੀਆ ਮੰਨਦੀ ਹੈ ਕਿ ਗ੍ਰਹਿ ਜਿਹੜੇ ਨੇ ਸਾਰੇ ਸੂਰਜ ਦੁਆਲੇ ਘੁੰਮਦੇ ਨੇ ਸੂਰਜ ਦੇ ਦੁਆਲੇ ਘੁੰਮਣ ਵਾਲੇ ਕਿੰਨੇ ਗ੍ਰਹਿ ਨੇ ਟੋਟਲ ਉਹਨਾਂ ਨੂੰ ਮੰਨਦੇ ਨਹੀਂ ਗ੍ਰਹਿ ਪਰ ਇਸ ਤੋਂ ਵੀ ਅੰਤ ਕੋਈ ਨਹੀਂ ਇਹਨਾਂ ਦਾ ਕਿੰਨੇ ਹੀ ਹੋਣਗੇ ਇਹਨਾਂ 'ਚੋਂ ਹੁਣ ਹੱਥ ਖੜੇ ਕਰਨਾ ਹੈ ਅਸੀਂ ਕਿਹੜੇ ਗ੍ਰਹਿ ਦੇ ਰਹਿੰਦੇ ਹਾਂ ਤੁਹਾਨੂੰ ਦੱਸੋ ਜੀ ਧਰਤੀ ਦੇ ਲੋਕ ਇਹਨਾਂ ਦੇ ਮੈਡਮ ਜੀ ਅੱਗੇ ਆ ਜਾਈਏ Thank you.